ਬਾਹਰੇ ਆਪਾਂ 50 ਲੱਖ ਰੁਪਇਆ ਲੈ ਕੇ ਜਾਵਾਂਗੇ, ਕਦੋਂ ਮੁੜਨਗੇ ਉਹ ਪੈਸੇ? ਕਦੋਂ ਮੁੜਨਗੇ? ਨਾਲੇ ਵਿਆਜ ਤੇ ਚੱਕ ਕੇ, ਨਾਲੇ ਘਰਦੇ ਤੋਂ ਬਾਹਰ ਆ ਯਾਰ, ਤੂੰ ਰੇਹੜੀ ਲਾਏਗਾ ਉਹਦੀਆਂ ਗੱਲਾਂ ਤੋਂ ਡਰੇ? ਫਿਰ ਮੈਂ ਡਰਦਾ ਤੀ ਨਹੀਂ, ਸੱਚੀ ਗੱਲ ਦਾ ਸ਼ਰਮ ਕਰਦਾ ਤੀ ਮੈਂ ਤਾਂ ਯਾਰ ਪਹਿਲਾਂ ਵੀ ਯਾਰ ਮੇਰੇ ਦੋਸਤ ਕੀ ਕਹਿਣਗੇ, ਦੋਸਤ ਐਂ ਕਹਿਣਗੇ ਤੂੰ ਇਹ ਕੰਮ ਕਰਦਾ, ਦੋਸਤ ਯਾਰ ਮੇਰੇ ਘਰੇ ਜਾ ਕੇ ਆਟਾ ਸੁੱਟ ਕੇ ਜਾਣਗੇ, ਮੈਨੂੰ ਪੈਸੇ ਦੇ ਦੇਣਗੇ ਜੇ ਮੈਂ ਕਿਸੇ ਨੂੰ ਮੰਗ ਲਾਂ, ਮੈਨੂੰ ਇੰਨੇ ਪੈਸੇ ਦੀ ਲੋੜ ਆ, ਫੋਨ ਨਹੀਂ ਚੱਕਦਾ ਵੀਰੇ ਅਗਲਾ, ਫੋਨ ਨਹੀਂ ਚੱਕਦਾ, ਜਾਲ ਨੂੰ ਕਹੇ ਗੂਗਲ ਪੇ ਚੱਲਦਾ ਨਾ ਵੀਰੇ ਚੱਲਦਾ ਨਹੀਂ, ਐਂ ਕਹਿੰਦਾ ਅਗਲਾ, ਪਹਿਲਾਂ ਰੋਟੀ ਚੱਕ ਗਿਆ ਆਪਾਂ ਖਾਣੀ ਪੈਂਦੀ ਘਰ ਦੇ ਜਾਣ ਸਾਰ, ਸਫਾਈ ਸਫੂਈ ਆਪ ਕਰਦੇ ਨੇ ਸਾਰਾ, ਉਹ ਕਰਕੇ ਮੈਨੂੰ ਦਿੰਦੇ ਨੇ ਰੋਟੀ ਬੈੱਡ 'ਤੇ ਆਉਂਦੀ ਹੈ ਨਾ ਨਜ਼ਾਰੇ ਨਾਲ, ਇਹਦੇ ਵਿੱਚ ਇੱਕ ਵਾਰੀ ਉਹ ਪਾਉਣਾ, ਆਪਾਂ ਵੱਧ ਵਾਰੀ ਪਾਉਣਾ ਨਹੀਂ ਹੈਗਾ ਗੰਨਾ, ਅਤੇ ਬਰਫ਼ ਸਭ ਤੋਂ ਮੇਨ ਗੱਲ ਇਹਦੇ ਵਿੱਚ ਬਰਫ਼ ਨਹੀਂ ਮਿਕਸ ਹੋਊਗੀ, ਬਰਫ਼ ਨਹੀਂ ਹੋਈ ਬਿਲਕੁਲ ਵੀ, ਇੱਕ ਤੁੱਕਾ ਵੀ ਬਰਫ਼ ਦਾ ਮਿਕਸ ਨਹੀਂ ਹੋਊਗਾ, ਓਰੀਜਨਲ ਟੇਸਟ ਹੋ ਜਾਏ, ਆਪਾਂ ਕਲਾੜੀ ਦੇ ਵਿੱਚੋਂ ਪੀ ਲਿਆ ਉਹ ਓਰੀਜਨਲ ਟੇਸਟ ਆ, ਠੰਡਾ ਆਟੋਮੈਟਿਕ ਕਰ ਦਿਆ ਜੇ। ਲੱਖ ਰੁਪਏ 'ਚ ਬੰਦਾ ਕਾਰੋਬਾਰ ਸ਼ੁਰੂ ਕਰ ਲਈਦਾ? ਹਾਂ ਜੀ ਹਾਂ, 1.5 ਲੱਖ ਰੁਪਏ ਦੀ ਆਪਾਂ ਮਸ਼ੀਨ ਲਈ ਆ, 30,000 ਦੀ ਮਰੂਥੀ ਪੜਾ ਕੇ ਸਾਰਾ ਪੰਜ ਪ੍ਰੋਜੈਕਟ 2.25 ਲੱਖ 'ਚ ਪੈ ਗਿਆ ਵੀਰੇ, ਕੰਮ ਦੀ ਕੀ ਜ਼ਰੂਰਤ ਆ ਯਾਰ ਕੰਮ ਨਾ ਚੱਲੇ, ਕੰਮ ਕਰਨ ਵਾਲਾ ਚਾਹੀਦਾ ਬੰਦਾ, ਕੰਮ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਵੀ ਕੰਮ ਨਾ ਚੱਲੇ, ਕੰਮ ਕਰਨ ਵਾਲਾ ਚਾਹੀਦਾ ਬੰਦਾ। ਪਿਓ ਮੇਰਾ ਅਫਸਰ ਲੱਗਾ ਸਰਕਾਰੀ, ਮੈਂ BA ਕੀਤੀ ਆ, ਮੈਂ ਵਿਆਹ ਕਰਾਉਣਾ, ਕੁੜੀ ਵਾਲੇ ਨੂੰ ਕੀ ਦੱਸਾਂਗੇ? ਮੇਰੇ ਮੇਰੀ ਫੈਮਿਲੀ ਸਾਰੀ ਉਹ ਪੋਸਟਡ ਆ, ਮੇਰੇ ਡੈਡੀ ਰਿਟਾਇਰ ਹੋਏ ਨੇ ਬਿਜਲੀ ਬੋਰਡ ਦੇ ਵਿੱਚੋਂ, ਮੇਰੀ ਸਿਸਟਰ SSB ਦੇ ਨਾਲ ਉਹਨੇ ਪੰਜਾਬ ਬੋਰਡ ਦੇ ਵਿੱਚ, ਵੀ ਭਰਾ ਨੇ ਮੇਰੇ ਵੱਡੇ ਉਹ ਵੇਰਕਾ ਦੇ ਵਿੱਚ ਨੇ, ਮੈਂ ਵੀ ਸ਼ਰਮ ਬਹੁਤ ਕਰਦਾ ਸੀ, ਹੁਣ ਸ਼ਰਮ ਚੱਕੀ ਗਈ, ਜੇ ਆਪਾਂ ਇਹ ਗਿਰਦੇ ਨੇ ਨਾ ਫਿਰ ਕੋਈ ਸ਼ਰਮ ਨਹੀਂ ਵੀਰੇ, ਮਾਲ ਨਿਬੇੜ ਜਾਂਦੇ ਫਿਰ ਹੱਥ ਨੂੰ ਵੀਰੇ, ਮੈਂ 1.5 ਕੁਇੰਟਲ ਗੰਨਾ ਲੈ ਕੇ ਆਉਣਾ, ਸਾਰਾ ਲਾ ਜਾਣਾ ਮੇਰਾ। ਦੋਸਤੋ, ਹਰ ਬੰਦਾ ਪੰਜਾਬ 'ਚ ਇਹ ਗੱਲ ਕਰਦਾ ਕਿ ਪੰਜਾਬ 'ਚ ਕੰਮ ਹੈ ਨਹੀਂ ਗਾ, ਜੇ ਕੰਮ ਹੈਗਾ ਤਾਂ ਘੱਟੋ ਘੱਟ 50 ਲੱਖ ਰੁਪਈਆ ਚਾਹੀਦਾ, ਪਰ ਉਹਦੇ ਤੋਂ ਪਹਿਲਾਂ, ਕੰਮ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸ਼ਰਮ ਲਾਉਣੀ ਪਊਗੀ, ਰੋਡ 'ਤੇ ਖੜ੍ਹਨਾ ਪਊਗਾ, ਅਤੇ ਕਮਾਈ ਵਾਲੇ ਤਾਂ ਵੱਟ ਨਿਕਲ ਜਾਂਦੇ ਆ, ਇਹ ਪ੍ਰੂਵ ਕੀਤਾ ਇਸ ਨੌਜਵਾਨ ਨੇ, ਬਾਈ ਨੇ ਇਲੈਕਟ੍ਰੋਨਿਕ ਗੰਨੇ ਦੀ ਜਿਹੜੀ ਰੇਹੜੀ ਲਾਈ ਆ, ਗੰਨੇ ਦਾ ਰੋਹ ਬਣਾਉਂਦਾ ਬਾਈ, ਅਤੇ ਬਾਈ ਕਹਿੰਦਾ ਵੀ ਸਵਾਦ ਹੀ ਆ ਗਿਆ ਕੰਮ ਕਰਕੇ, ਜਿਵੇਂ ਨਜ਼ਾਰਾ ਆ ਗਿਆ ਜੀ, ਮੈਂ ਵਿਹਲਾ ਸੀਗਾ, ਗ੍ਰੈਜੂਏਸ਼ਨ ਕੀਤੀ, ਗ੍ਰੈਜੂਏਸ਼ਨ ਤੋਂ ਬਾਅਦ ਵਿਹਲਾ ਸੀਗਾ ਘਰੇ, ਬਿਲਕੁਲ ਹੀ ਵਿਹਲਾ, ਕੋਈ ਕੰਮ ਕਾਰ ਨਹੀਂ ਕਰਦੇ ਸੀ, ਡੈਡੀ ਮੇਰੇ ਬਿਜਲੀ ਬੋਰਡ ਦੇ ਵਿੱਚ ਰਿਟਾਇਰ ਹੋਏ ਨੇ ਲਾਈਨਮੈਨ, ਅਤੇ ਮੈਨੂੰ ਡੈਡੀ ਕਹਿੰਦੇ ਕੰਮ ਕਰ, ਮੈਂ ਕਿਹਾ ਜ਼ਰੂਰ ਕਰਾਂਗੇ, ਕੰਮ ਕਰਨਾ ਪਊਗਾ, ਮੈਂ ਫਿਰਦਾ ਸੀ ਬਾਹਰ ਜਾਣ ਦੇ ਚੱਕਰ 'ਚ, ਬਾਹਰੇ ਕੀ ਆ ਯਾਰ, ਬਾਹਰੇ ਆਪਾਂ 50 ਲੱਖ ਰੁਪਇਆ ਲਾ ਕੇ ਜਾਵਾਂਗੇ, ਕਦੋਂ ਮੁੜਨਗੇ ਉਹ ਪੈਸੇ? ਕਦੋਂ ਮੁੜਨਗੇ? ਨਾਲੇ ਵਿਆਜ ਤੇ ਚੱਕ ਕੇ, ਨਾਲੇ ਘਰਦੇ ਤੋਂ ਬਾਹਰ, ਅਤੇ ਘਰਦੇ ਤੋਂ ਬਾਹਰ ਰਹਿਣਾ, 4,000 ਰੁਪਇਆ ਕੁੱਟ ਕੇ ਘਰੇ ਲਿਆਉਂਦੇ ਹਾਂ ਨਜ਼ਾਰੇ ਨਾਲ, ਹੋਰ ਕੀ ਰੱਬ ਚਾਹੀਦਾ, ਠੀਕ ਹੈ, ਸਵਾਦ ਆ ਗਿਆ ਨਾ, ਮੈਂ ਕਹਿੰਦਾ ਆਨੰਦ ਆ ਗਿਆ ਯਾਰ, ਬਾਈ ਜਿਵੇਂ ਨਾਲ ਦੇ ਕਹਿੰਦੇ ਹੋਣਗੇ ਯਾਰ ਤੂੰ ਰੇਹੜੀ ਲਾਏਗਾ ਉਹਦੀਆਂ ਗੱਲਾਂ ਤੋਂ ਡਰੇ? ਫਿਰ ਮੈਂ ਡਰਦਾ ਤੀ ਨਹੀਂ, ਸੱਚੀ ਗੱਲ ਦਾ ਸ਼ਰਮ ਕਰਦਾ ਤੀ ਮੈਂ ਤਾਂ ਯਾਰ ਪਹਿਲਾਂ ਵੀ ਯਾਰ ਮੇਰੇ ਦੋਸਤ ਕੀ ਕਹਿਣਗੇ, ਦੋਸਤ ਐਂ ਕਹਿਣਗੇ ਤੂੰ ਇਹ ਕੰਮ ਕਰਦਾ, ਦੋਸਤ ਯਾਰ ਮੇਰੇ ਘਰੇ ਜਾ ਕੇ ਆਟਾ ਸੁੱਟ ਕੇ ਜਾਣਗੇ, ਮੈਨੂੰ ਪੈਸੇ ਦੇ ਦੇਣਗੇ ਜੇ ਮੈਂ ਕਿਸੇ ਨੂੰ ਮੰਗ ਲਾਂ, ਮੈਨੂੰ ਇੰਨੇ ਪੈਸੇ ਦੀ ਲੋੜ ਆ, ਫੋਨ ਨਹੀਂ ਚੱਕਦਾ ਵੀਰੇ ਅਗਲਾ, ਹਾਂ ਫੋਨ ਨਹੀਂ ਚੱਕਦਾ, ਜਾਲ ਨੂੰ ਕਹੇ ਗੂਗਲ ਪੇ ਚੱਲਦਾ ਨਾ ਵੀਰੇ ਚੱਲਦਾ ਨਹੀਂ, ਐਂ ਕਹਿੰਦਾ ਅਗਲਾ, ਸ਼ਰਮ ਕਾਹਦੀ ਯਾਰ, ਕੰਮ ਦੀ ਕਾਹਦੀ ਸ਼ਰਮ, ਆਪਾਂ ਕਿਹੜਾ ਚੋਰੀ ਕਰਦੇ ਹਾਂ ਕੋਈ, ਆਪਣੀ ਕਿਰਤ ਕਰਦੇ ਹਾਂ ਵੀਰੇ, ਨਜ਼ਾਰਾ ਆਇਆ ਪਿਆ ਪੂਰਾ, ਕੰਮ ਕਰਦੇ ਹਾਂ, ਮਿਨੀ ਸੈਕਟਰੀ ਦੇ ਸਾਹਮਣੇ ਆਪਾਂ ਕੰਮ ਲਾਉਣੇ ਆ ਸਵੇਰੇ 9 ਵਜੇ, ਨਾਲੇ ਬਾਈ ਘਰਦਿਆਂ ਨੇ ਫਿਰ ਘਰਦੇ ਮਾਣ ਜਾਂ ਕਰਨ ਲੱਗੇ, ਘਰਦੇ ਮੈਂ ਕਹਿੰਦਾ ਪਹਿਲਾਂ ਰੋਟੀ ਚੱਕ ਕੇ ਆਪਾਂ ਖਾਣੀ ਪੈਂਦੀ ਘਰਦੇ ਜਾਣ ਸਾਰ, ਸਫਾਈ ਸਫੂਈ ਆਪ ਕਰਦੇ ਨੇ ਸਾਰਾ, ਉਹ ਕਰਕੇ ਮੈਨੂੰ ਦਿੰਦੇ ਨੇ ਰੋਟੀ ਬੈੱਡ 'ਤੇ ਆਉਂਦੀ ਹੈ ਨਾ ਨਜ਼ਾਰੇ ਨਾਲ, ਵਧੀਆ ਇੱਜ਼ਤ ਕਰਦੇ ਉਹ ਬਣਦੀ ਹੈ ਘਰ ਦੇ ਵਿੱਚ, ਰਾਜੇ ਬਣ ਗਏ ਨਾ, ਮੈਂ ਕਹਿੰਦਾ ਮਹਾਰਾਜੇ, ਰਾਜੇ ਨਹੀਂ ਮਹਾਰਾਜੇ।
ਬਾਈ ਇਹਦੇ ਬਾਰੇ ਦੱਸੋ ਯਾਰ ਮਸ਼ੀਨ, ਮੈਂ ਤਾਂ ਪਹਿਲੀ ਵਾਰ ਦੇਖੀ ਇਹ ਮਸ਼ੀਨ। ਆਪਾਂ ਗੁਜਰਾਤ ਤੋਂ ਮੰਗਾਈ ਆ ਵੀਰੇ, 1.5 ਲੱਖ ਦੇ ਵਿੱਚ ਆਪਾਂ ਨੂੰ ਪੈ ਗਈ ਇਹ ਘਰ ਦੇ ਪਹੁੰਚਦੀ। ਤੇ ਇਹਦੇ ਵਿੱਚ ਇੱਕ ਵਾਰੀ ਉਹ ਪਾਉਣਾ, ਆਪਾਂ ਵੱਧ ਵਾਰੀ ਪਾਉਣਾ ਨਹੀਂ ਹੈਗਾ ਗੰਨਾ। ਤੇ ਸਭ ਤੋਂ ਮੇਨ ਗੱਲ ਇਹਦੇ ਵਿੱਚ ਬਰਫ਼ ਨਹੀਂ ਮਿਕਸ ਹੋਊਗੀ, ਬਰਫ਼ ਨਹੀਂ ਬਿਲਕੁਲ ਵੀ, ਇੱਕ ਤੁੱਕਾ ਵੀ ਬਰਫ਼ ਦਾ ਮਿਕਸ ਨਹੀਂ ਹੋਊਗਾ। ਓਰੀਜਨਲ ਟੇਸਟ ਜਾਏ ਜਾਂ ਆਪਾਂ ਕਲਾੜੀ ਦੇ ਵਿੱਚੋਂ ਪੀ ਲਿਆ, ਉਹ ਓਰੀਜਨਲ ਟੇਸਟ ਆ, ਠੰਡਾ ਆਟੋਮੈਟਿਕ ਕਰਦੀ ਹੈ। ਅੱਛਾ ਹਾਂਜੀ, ਆਟੋਮੈਟਿਕ ਠੰਡਾ ਕਰਦੀ ਆ ਅਤੇ ਪੂਰਾ ਵਧੀਆ ਚੀਜ਼ ਆ, ਜਾਣੀ ਕਿ ਕੋਈ ਗਲਤ ਚੀਜ਼ ਨਹੀਂ ਹੈਗੀ, ਕੋਈ ਇਹਦੇ ਵਿੱਚ ਮਿਕਸ ਕੋਈ ਕੁਛ ਵੀ ਨਹੀਂ ਹੁੰਦਾ, ਨਾ ਬਰਫ਼ ਤੱਕ ਵੀ ਮਿਕਸ ਨਹੀਂ ਹੁੰਦੀ ਹੈਗੀ। ਯਾਰ ਬਾਈ ਫਿਰ ਤਾਂ 1 ਲੱਖ ਰੁਪਏ 'ਚ ਬੰਦਾ ਕਾਰੋਬਾਰ ਸ਼ੁਰੂ ਕਰ ਲੈਂਦਾ। ਹਾਂ ਜੀ ਹਾਂ, 1.5 ਲੱਖ ਰੁਪਏ ਦੀ ਆਪਾਂ ਮਸ਼ੀਨ ਲਈ ਆ, 30,000 ਦੀ ਮਰੂਤੀ ਬਣਾ ਕੇ ਸਾਰਾ 5 ਪ੍ਰੋਜੈਕਟ 2.25 ਲੱਖ 'ਚ ਪੈ ਗਿਆ ਵੀਰੇ। 3 ਮਹੀਨਿਆਂ ਦੇ ਵਿੱਚ ਵਿੱਚ ਪੂਰੇ ਕਰ ਦੂੰ ਮੈਂ ਪੈਸੇ, ਮੈਨੂੰ ਇੰਨਾ ਪਤਾ ਆਪਦੇ ਆਪ 'ਤੇ ਹੁੰਦੇ ਹੀ ਆ ਬੰਦੇ ਨੂੰ, ਹਰੇਕ ਨੂੰ ਮਾਣ ਹੁੰਦਾ ਬੰਦੇ ਨੂੰ, ਮੈਂ ਕਰ ਦੂੰ ਪੂਰੇ। ਮੈਂ ਕਹਿੰਦਾ 2 ਮਹੀਨਿਆਂ 'ਚ ਕਰ ਦੂੰ, ਬਾਹਰ ਗਏ ਯਾਰ ਉਰੇ ਕਰੋ ਕੰਮ ਤੁਸੀਂ, ਖਰਚ ਕੇ ਰੱਖੋ, ਮਿਹਨਤ ਕਰਨੀ ਪੈਂਦੀ ਹੈ। ਜਿਵੇਂ 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 ਅਗਲਾ ਕਹਿ ਦਿੰਦਾ ਯਾਰ ਵੀ ਪੈਸੇ ਵੀ ਲੱਗ ਗਏ ਯਾਰ, ਕਿੱਥੇ ਖੜਾਂਗੇ, ਗਾਹਕ ਨਹੀਂ ਪੈਣਾ ਹੈਗਾ, ਉਹ ਸਾਰੀਆਂ 6 ਵਜੇ ਦੂਰ ਹੋ ਗਏ। ਕੰਮ ਦੀ ਕੀ ਜ਼ਰੂਰਤ ਹੈ ਯਾਰ, ਕੰਮ ਨਾ ਚੱਲੇ, ਕੰਮ ਕਰਨ ਵਾਲਾ ਚਾਹੀਦਾ ਬੰਦਾ, ਕੰਮ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਵੀ ਕੰਮ ਨਾ ਚੱਲੇ, ਕੰਮ ਕਰਨ ਵਾਲਾ ਚਾਹੀਦਾ ਬੰਦਾ। ਹਾਂ, ਕੰਮ ਦੀ ਕੀ ਜ਼ਰੂਰਤ ਹੈ ਵੀ ਨਾ ਚੱਲੇ, ਕੰਮ ਮਾਰੋ, ਮਾਰ ਚੱਲਦਾ, ਤੁਸੀਂ 2 ਮਿੰਟ ਖੜਿਓ ਦੇਖਿਓ, ਉਰੇ ਤੁਹਾਨੂੰ ਆਪੇ ਪਤਾ ਲੱਗ ਜੂਗਾ। ਲੋਕ ਆ ਕੇ ਰਿਵਿਊ ਦਿੰਦੇ ਆ ਫਿਰ ਪੂਰਾ ਯਾਰ, ਪੁੱਛਦੇ ਨੇ ਵੀ ਕੀ ਚੀਜ਼ ਆ ਇਹ, ਬਹੁਤ ਘੈਂਟ ਚੀਜ਼ ਆ, ਕੋਈ ਵੀ ਤੁਹਾਡੇ ਵਾਂਗੂ ਆ ਜਾਂਦੇ ਨੇ, ਵੀਡੀਓ ਪਾਉਣੀ ਆ ਵੀਰੇ ਪਾਓ, ਕੋਈ ਚੱਕਰ ਨਹੀਂ। ਕੋਈ ਮੈਨੂੰ ਸ਼ਰਮ ਨਹੀਂ, ਮੈਨੂੰ ਕੱਲ੍ਹ ਪੁੱਛਣ ਲੱਗ ਗਏ ਵੀ ਵੀਰੇ ਤੇਰੇ ਤੁਹਾਡਾ ਫੇਸ ਵਿੱਚ ਆਵੇ ਜਾਂ ਨਾ, ਮੈਂ ਕਿਹਾ ਆਵੇ ਯਾਰ, ਕਿਉਂ ਨਾ ਵੀ ਜਾਂ, ਮੈਂ ਖੜਾ ਕੰਮ ਕਰ ਰਿਹਾ, ਮੈਂ ਕੰਮ ਕਰ ਰਿਹਾ, ਮੇਰਾ ਨਾ ਪਤਾ ਲੱਗੇ ਫਿਰ ਕੀ ਹੋਆ, ਹੈ ਨਾ। ਉਹ ਨਾ ਮੈਂ ਕੋਈ ਚੱਕਰ ਵਾਲੀ ਗੱਲ ਨਹੀਂ, ਮੈਨੂੰ ਕੋਈ ਸ਼ਰਮ ਨਹੀਂ, ਪਹਿਲਾਂ ਸ਼ਰਮ ਕਰਦਾ ਸੀ ਮੈਂ ਗ੍ਰੈਜੂਏਸ਼ਨ ਕੀਤੀ। ਕਹਿੰਦੇ ਯਾਰ ਵੀ ਪਿਓ ਮੇਰਾ ਅਫਸਰ ਲੱਗਾ ਸਰਕਾਰੀ, ਮੈਂ BA ਕੀਤੀ ਹੈ, ਮੈਂ ਵਿਆਹ ਕਰਾਉਣਾ, ਕੁੜੀ ਵਾਲਿਆਂ ਨੂੰ ਕੀ ਦੱਸਾਂਗੇ। ਮੇਰੇ ਮੇਰੀ ਫੈਮਿਲੀ ਸਾਰੀ ਉਹ ਪੋਸਟਡ ਆ, ਮੇਰੇ ਡੈਡੀ ਰਿਟਾਇਰ ਹੋਏ ਨੇ ਬਿਜਲੀ ਬੋਰਡ ਦੇ ਵਿੱਚੋਂ, ਮੇਰੀ ਸਿਸਟਰ SSB ਦੇ ਨਾਲ ਨੇ ਪੰਜਾਬ ਪੁਲਿਸ ਦੇ ਵਿੱਚ, ਪੰਜਾਬ ਭਰਾ ਨੇ ਮੇਰੇ ਵੱਡੇ ਉਹ ਵੇਰਕਾ ਦੇ ਵਿੱਚ ਨੇ। ਮੈਂ ਵੀ ਸ਼ਰਮ ਬਹੁਤ ਕਰਦਾ ਸੀ, ਹੁਣ ਸ਼ਰਮ ਚੱਕੀ ਗਈ, ਜਦ ਪੈਸੇ ਗਿਰਦੇ ਨੇ ਨਾ ਫਿਰ ਕੋਈ ਸ਼ਰਮ ਨਹੀਂ ਵੀਰੇ, ਨਜ਼ਾਰਾ ਆਇਆ ਪਿਆ ਯਾਰ, ਜਮੀ ਆਨੰਦ ਆਇਆ ਪਿਆ, ਤੁਹਾਨੂੰ ਸੱਚੀ ਗੱਲ ਦੱਸਾਂ ਮੈਂ ਬਾਈ। ਤੁਹਾਨੂੰ ਵੇਖ ਕੇ ਬਹੁਤ ਲੋਕ ਯਾਰ, ਬਹੁਤ ਮੁੰਡੇ ਆ ਜਿਹੜੇ ਕੰਮ ਕਰਨਾ ਚਾਹੁੰਦੇ ਆ। ਕਰਨ ਯਾਰ, ਮੈਂ ਤਾਂ ਆਪ ਕਹਿਣਾ ਵੀ ਕਿਸੇ ਚੀਜ਼ ਦੀ ਲੋੜ, ਕੋਈ ਵੀ ਹੈਲਪ ਦੀ ਲੋੜ ਹੋਵੇ ਮੈਂ ਤੁਹਾਡੇ ਨਾਲ ਖੜੂੰਗਾ, ਜਿੰਨੇ ਕੁ ਜੋਗਾ ਹੋਊਗਾ, ਕਰੋ ਕੰਮ ਤੋਰੋ। ਮੈਂ ਤਾਂ ਆਪ ਬਾਈਆਂ ਨੂੰ ਕਹਿੰਦਾ ਮੇਰੇ ਨਾਲ ਲਾਓ, ਦੇਖਿਓ ਜਿਹੜਾ ਜਿਹਦਾ ਕੰਮ ਨਹੀਂ ਚੱਲਦਾ ਮੈਂ ਦੇਖਦਾ ਕਿਵੇਂ ਨਹੀਂ ਚੱਲਦਾ ਕੰਮ, ਕੰਮ ਤਾਂ ਭੱਜਿਆ ਫਿਰਦਾ ਮੂਹਰੇ ਮੂਹਰੇ, ਕੰਮ ਚਲਾਉਣ ਵਾਲਾ ਚਾਹੀਦਾ ਬੰਦਾ। ਮਾਲ ਨਿਬੇੜ ਜਾਂਦੇ ਫਿਰ ਹੱਥ ਨੂੰ ਵੀਰੇ, ਮੈਂ 1.5 ਕੁਇੰਟਲ ਗੰਨਾ ਲੈ ਕੇ ਆਉਣਾ, ਸਾਰਾ ਲਾ ਜਾਂਦਾ ਮੇਰਾ ਰੋਜ਼ ਇੱਕ ਦਿਨ 'ਚ। ਹਾਂ, 1.5 ਕੁਇੰਟਲ ਗੰਨਾ ਲਾਉਣਾ ਮੈਂ ਡੇਲੀ। ਐਂ ਨਹੀਂ ਹੈ ਵੀ ਗੰਨੇ ਕਿਤੇ ਪਏ ਪਏ ਖਰਾਬ? ਨਾ 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 ਨਾ, ਖਰਾਬ ਹੋਣ ਵਾਲਾ ਤਾਂ ਸਿਸਟਮ ਨਹੀਂ। 5 ਕੁਇੰਟਲ ਗੰਨਾ ਚੱਕਦਾ ਮੈਂ 3 ਦਿਨਾਂ ਦੇ ਵਿੱਚ ਨਹਾ ਦੇਣਾ ਸਿਰਾ। ਹਾਂ, ਇਹ ਬਾਈ ਹੁਣੀ ਉਹ ਨੌਜਵਾਨ ਨੇ ਜਿਨ੍ਹਾਂ ਨੇ ਕਦੇ ਮਿਹਨਤ ਕਰਨ 'ਚ ਸ਼ਰਮ ਨਹੀਂ ਖਾਧੀ ਅਤੇ ਕਿਸਮਤ ਦੇ ਭਰੋਸੇ ਨਹੀਂ ਰਹਿ ਗਏ। ਮਿੰਨੀ ਸੈਕਟਰੀਏਟ ਦੇ ਮੂਹਰੇ ਬਾਈ ਨੇ ਆਪਦੀ ਸਟਾਲ ਲਾ ਲਈ ਆ। ਬਾਈ ਕਹਿੰਦਾ ਵੀ ਵਾਰੀ ਨਹੀਂ ਮੁੱਕਦੀ ਇੱਥੇ ਗੰਨੇ ਵਾਲੇ ਪਾਸੇ, ਕਮੀ ਨਹੀਂ ਜੀ, ਮੈਂ ਉਹਨਾਂ ਲੈਣ ਲੱਗ ਜਾਂਦੀ ਵੀਰੇ ਤੁਹਾਡੇ ਸਾਹਮਣੇ ਆ ਗਏ ਗਾਹਕ, ਦੇਖੋ ਆਓ ਜੀ ਬਾਈ ਜੀ, ਗਾਹਕ ਆਉਂਦੇ ਆ ਪੂਰੇ ਭੱਜੇ ਆਉਂਦੇ ਨੇ ਗਾਹਕ ਤਾਂ ਯਾਰ, ਬਾਈ ਬਣਾ ਕੇ ਦਿਖਾ ਦੇ। ਹਾਂਜੀ ਹਾਂ, ਜ਼ਰੂਰ ਜ਼ਰੂਰ ਬਾਈ ਜੀ। ਮਾੜਾ ਮਸ਼ੀਨ ਬਾਰੇ ਦੱਸਿਓ ਵੀ ਕਿਵੇਂ ਚੱਲਦੀ ਆ ਅਤੇ ਕੀ ਕੀ ਚੀਜ਼ਾਂ ਇਹਦੇ 'ਚ? ਮਸ਼ੀਨ ਇਨਵੈਟਰ 'ਤੇ ਚੱਲਦੀ ਹੈ ਜੀ, ਇਨਵੈਟਰ ਘਰ ਜਾ ਕੇ ਚਾਰਜ ਕਰ ਲਈਦਾ, ਬਸ 2-3 ਘੰਟਿਆਂ 'ਚ ਚਾਰਜ ਹੋ ਜਾਂਦਾ, ਸਾਰੀ ਦਿਹਾੜੀ ਲਾ ਹੁੰਦਾ। ਸਾਫ਼ ਸਫਾਈ ਇਹਦੇ 'ਚੋਂ ਕਰ? ਸਾਫ਼ ਸਫਾਈ ਬਸ ਕੱਪੜੇ ਹੀ ਮਾਰਨਾ ਵੀਰੇ, ਇਹਦੇ 'ਤੇ ਹੋਰ ਕੁਛ ਵੀ ਨਹੀਂ ਕਰਨਾ, ਸਾਫ਼ ਸਫਾਈ ਵਾਲਾ ਸਿਸਟਮ ਹੈ ਹੀ ਨਹੀਂ। ਮੱਖੀ ਆਉਂਦੀ ਵੀ ਨਹੀਂ, ਇੱਕ ਵੀ ਮੱਖੀ ਨਹੀਂ ਆਊਗੀ, ਤੁਹਾਡੇ ਸਾਹਮਣੇ ਆ, ਜੇ ਇੱਕ ਵੀ ਮੱਖੀ ਆ ਗਈ ਕੰਮ ਛੱਡ ਜਾਓ। ਕੰਮ ਤਰੀਕੇ ਨਾਲ ਕਰਨਾ ਹੈ। ਹਾਂ, ਪੂਰਾ ਸਾਫ਼ ਸਫਾਈ ਨਾਲ, ਸਾਫ਼ 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 ਸਫਾਈ ਸਭ ਤੋਂ ਪਹਿਲਾਂ ਜ਼ਰੂਰੀ ਆ। ਅਤੇ ਬਾਈ ਇਹ ਆਮ ਜਿਹੜੇ ਪਿੰਡਾਂ ਵਾਲੇ ਮੁੰਡੇ ਕਹਿੰਦੇ ਯਾਰ ਵੀ ਅਸੀਂ ਕੰਮ ਤਾਂ ਸ਼ੁਰੂ ਕਰਨਾ, ਅਤੇ ਇਹ ਕਿੱਥੋਂ ਮੰਗਾਈ ਆ ਸਾਰੀਆਂ ਗੱਲਾਂ ਬਾਤਾਂ? ਇਹ ਆਪਾਂ ਔਡਰ ਕੀਤੀ ਸੀ ਵੀਰੇ, ਗੁਜਰਾਤ ਤੋਂ ਮੰਗਾਈ ਆਪਾਂ, ਪਹੁੰਚਦੀ ਕਰਦੇ ਹੋਏ ਘਰ ਪਹੁੰਚਦੀ 1.5 ਲੱਖ ਦੇ ਵਿੱਚ ਪਹੁੰਚਦੀ ਹੋਈ ਆ ਜੀ। ਹਾਂ ਹਾਂਜੀ,
ਇਹ ਨਿਕਲ ਇਹਦੇ ਵਿੱਚ ਦੀ ਠੰਡਾ ਹੋ ਕੇ ਆਉਂਦਾ ਹੈ। ਹਾਂਜੀ, ਬਿਨਾਂ ਇਹਦੇ ਵਿੱਚ ਬਰਫ਼ ਮਿਕਸ ਹੁੰਦੀ ਪੈ, ਸਭ ਤੋਂ ਮੇਨ ਗੱਲ ਤਾਂ ਉਹ ਨਾ ਠੰਡਾ, ਇਹ ਆਟੋਮੈਟਿਕ ਠੰਡਾ ਕਰਦੇ ਜੀ ਆਪਣੇ ਆਪ, ਆਪ ਹੀ ਠੰਡਾ ਕਰਦੇ। ਹਾਂ, ਕੋਈ ਟੇਸਟ ਦਾ ਤਾਂ ਨਹੀਂ ਫਰਕ ਪੈਂਦਾ? ਟੇਸਟ ਦਾ ਫਰਕ ਹੈ ਵੀਰੇ, ਤੁਸੀਂ ਉਹ ਪੀ ਕੇ ਦੇਖ ਲਓ, ਨਾਲੇ ਇਹ ਪੀ ਕੇ ਦੇਖ ਲਿਓ, ਓਰੀਜਨਲ ਇਹਦਾ ਓਰੀਜਨਲ ਟੇਸਟ ਆ, ਰੰਗ ਵੀ ਚੇਂਜ ਆ ਇਹਦਾ, ਰਸ ਦਾ ਰੰਗ ਵੀ ਅਲੱਗ ਆ, ਰੰਗ ਤਾਂ ਅਲੱਗ ਆ ਕਿਉਂਕਿ ਇਹਦੇ ਵਿੱਚ ਬਰਫ਼ ਨਹੀਂ ਮਿਕਸ ਹੁੰਦੀ। ਮਿੱਠਾ ਵੀ ਸਭ ਤੋਂ ਵੱਧ ਆ, ਸਭ ਤੋਂ ਵੱਧ ਮਿੱਠਾ ਆ, ਕਿਉਂ ਮਿੱਠਾ ਆ ਕਿਉਂਕਿ ਇਹਦੇ ਵਿੱਚ ਬਰਫ਼ ਨਹੀਂ ਮਿਕਸ ਹੁੰਦੀ, ਉਹ ਬਰਫ਼ ਮਿਕਸ ਕਰਕੇ ਦਿੰਦੇ ਨੇ, ਉਹ ਘੱਟ ਮਿੱਠਾ ਹੁੰਦਾ ਵੀਰੇ, ਤੁਸੀਂ ਪੀ ਕੇ ਦੇਖਿਓ, ਜਮਾਂ ਸ਼ੁੱਧ, ਮੈਂ ਕਹਿੰਦਾ ਜਮਾਂ ਸ਼ੁੱਧ ਆ ਵੀਰੇ।